ਕੀ ਤੁਸੀਂ ਜੱਸੀ ਨੂੰ ਇੱਕ ਕਸੀ ਹੋਈ ਤਾਰ 'ਤੇ ਚਲਾਉਣਾ ਚਾਹੁੰਦੇ ਹੋ? ਇਹ ਬਹੁਤ ਆਸਾਨ ਹੈ। ਸਾਈਕਲ ਦੇ ਚੱਕੇ ਦੀਆਂ ਦੋ ਤਾਰਾਂ ਨੂੰ ਇੱਕ ਲੱਕੜੀ ਦੇ ਟੋਟੇ 'ਤੇ ਲਾਓ ਅਤੇ ਇੱਕ ਰੱਸੀ ਬੰਨੋ। ਇੱਕ ਗੱਤੇ ਦੀ ਗੁੱਡੀ ਕੱਟ ਲਵੋ, ਉਸਦੇ ਪੈਰਾਂ ਹੇਠ ਇੱਕ ਚੁੰਝ ਕੱਟ ਲਵੋ। ਹੁਣ ਗੱਤੇ ਵਿੱਚੋਂ ਦੀ ਇੱਕ ਅਰਧ ਗੋਲਾ ਕੱਟ ਲਵੋ ਅਤੇ ਗੁੱਡੀ ਨੂੰ ਇਸ ਉੱਤੇ ਸਟੈਪਲ ਕਰ ਦਿਓ। ਫਿਰ ਤੁਸੀਂ ਇਸ ਗੁੱਡੀ ਦੀਆਂ ਦੋਵੇਂ ਲੱਤਾਂ ਅੱਡ ਕਰ ਦਿਓ। ਅਰਧ ਗੋਲੇ ਦੇ ਦੋਵੇਂ ਕੋਨਿਆਂ ਦੇ ਦੋਵੇਂ ਪਾਸੇ ਚੁੰਬਕ ਰੱਖ ਲਵੋ। ਚੁੰਬਕ ਦਾ ਨੌਰਥ ਪੋਲ ਉਸਦੇ ਸਾਊਥ ਪੋਲ ਨਾਲ ਚਿਪਕ ਜਾਵੇਗਾ। ਚੁੰਬਕ ਦੀ ਇਹ ਖਾਸੀਅਤ ਹੈ ਕਿ ਇਸ ਨੂੰ ਅੱਗੇ ਪਿੱਛੇ ਧਕੇਲਿਆ ਜਾ ਸਕਦਾ ਹੈ ਤੁਹਾਡੀ ਲੋੜ ਦੇ ਹਿਸਾਬ ਨਾਲ। ਹੁਣ ਤੁਸੀਂ ਇਸ ਗੁੱਡੀ ਨੂੰ ਰੱਸੀ ਉੱਪਰ ਟਿਕਾ ਦਵੋ। ਤੁਸੀਂ ਹੈਰਾਨ ਹੋਵੋਗੇ ਕਿ ਤੁਹਾਡੀ ਜੱਸੀ ਆਪਣੇ ਆਪ ਨੂੰ ਬੈਲੈਂਸ ਕਰ ਲਵੇਗੀ। ਛੋਟੇ ਜਿਹੇ ਹੁਲਾਰੇ 'ਤੇ ਜੱਸੀ ਝੂਟਣ ਲੱਗਦੀ ਹੈ। ਤੁਹਾਡੀ ਇਹੀ ਜੱਸੀ ਸਾਈਕਲ ਦੇ ਚੱਕੇ ਦੀ ਤਾਰ 'ਤੇ ਵੀ ਬਹੁਤ ਸੋਹਣਾ ਬੈਲੈਂਸ ਕਰਦੀ ਹੈ।